ਤੁਹਾਨੂੰ ਕੋਈ ਗਿਲਾ ਸ਼ਿਕਵਾ ਸੀਗਾ ਕੁਛ ਸੀਗਾ ਉਹਦੇ ਨਾਲ ਉਹਦੀ ਲੱਤ ਬਾਂਹ ਤੋੜ ਦਿੰਦੇ ਤੋੜ ਕੇ ਉਹ ਵਿਚਾਰਾ ਘਰੇ ਬਹਿ ਜਾਂਦਾ ਨਾ ਖੇਡਦਾ ਇਸੇ ਚੀਜ਼ ਦੇ ਵਿੱਚ ਸੀਗਾ ਨਾ ਕਿ ਉਹ ਖੇਡ ਖੇਡ ਕੇ ਆਪਣੀ ਮਿਹਨਤ ਲਾ ਲਾ ਕੇ ਅੱਗੇ ਆ ਗਿਆ ਇਹੀ ਸੀਗਾ ਆਪਣੇ ਨਿਆਣੇ ਤਾਂ ਬੈਠਾ ਰਹਿੰਦਾ ਅਸੀਂ ਉਹ ਲੋਕ ਉਹਨੂੰ ਦੇਖਦੇ ਤਾਂ ਰਹਿੰਦੇ ਬਹੁਤ ਮਾੜਾ ਕੀਤਾ ਇੰਨਾ ਸੌਖਾ ਜਾਨ ਲੈ ਲੈਣੀ ਪੰਜਾਬ 'ਚ ਕਿਸੇ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ 14 ਮਾਰਚ 2022 ਦਿਨ ਸੋਮਵਾਰ ਸਾਡੇ ਲਈ ਬਹੁਤ ਜ਼ਿਆਦਾ ਮਾੜਾ ਦਿਨ ਆ ਇਹ ਸਾਡੇ ਤੋਂ ਹੀਰਾ ਬੰਦਾ ਲੈ ਲਿਆ ਇੱਕ ਹੀਰਾ ਬੰਦਾ ਖੋਹ ਲਿਆ ਸਾਡੇ ਤੋਂ ਸੰਦੀਪ ਨੰਗਲੰਬੀਆ ਜਿਸ ਬੰਦੇ ਨੇ ਇੰਨੀ ਮਿਹਨਤ ਕੀਤੀ ਗਰਾਊਂਡਾਂ ਦੇ ਵਿੱਚ ਆਪਣੇ ਆਪ ਨੂੰ ਇਸ ਮੁਕਾਮ ਤੱਕ ਲਿਆਉਣ ਲਈ ਇੰਨੀ ਮਿਹਨਤ ਕੀਤੀ ਸੀ ਉਸ ਬੰਦੇ ਨੇ ਉਹਦੀਆਂ ਮਿਹਨਤਾਂ ਉਸ ਉਹੀ ਬੰਦਾ ਜਾਣਦਾ ਜਿਹੜਾ ਬੰਦਾ ਉਹਨੂੰ ਜਾਣਦਾ ਚੰਗੀ ਤਰ੍ਹਾਂ ਦਾ ਜਿਹੜਾ ਬੰਦਾ ਉਹਨੂੰ ਜਾਣਦਾ ਨਾ ਸਿਰਫ ਉਹੀ ਬੰਦਾ ਜਾਣ ਸਕਦਾ ਉਹ ਬੰਦਾ ਆਪਣੇ ਆਪ ਨੂੰ ਇੱਥੇ ਤੱਕ ਕਿੱਦਾਂ ਲੈ ਕੇ ਆਇਆ ਯਾਰ ਉਹਦੇ 2 ਬੱਚੇ ਸੀਗੇ ਜਵਾਕ ਛੋਟੇ ਛੋਟੇ ਉਹਦੀ ਵਾਈਫ ਸੀ ਉਹਦੇ ਮਾਪੇ ਸੀਗੇ ਮਾਂ ਬਾਪ ਸੀ ਉਹਨੂੰ ਚਾਹੁਣ ਵਾਲੇ ਇੰਨੇ ਸੀਗੇ ਇੰਨੇ ਲੋਕੀ ਵੀਡੀਓ ਪਾਈ ਜਾਂਦੇ ਆ ਯਾਰ ਵੀਡੀਓ ਦਾ ਵੀਡੀਓ ਸਿੱਟੀ ਜਾਂਦੇ ਲੋਕੀ ਕਿੰਨੀ ਸੌਖੀ ਜਾਨ ਲੈ ਲੈਣੀ ਹੋ ਗਈ ਅੱਜ ਕੱਲ ਕਿੰਨੀ ਸੌਖੀ ਹੋ ਗਈ ਜਾਨ ਲੈਣੀ ਸਦਾਈਆ ਤੂੰ ਨਾ ਜਾਂਦਾ ਇੰਡੀਆ ਨੂੰ ਛੱਡ ਪਰਾਂ ਮੈਚਾਂ 'ਚ ਕੀ ਰੱਖਿਆ ਸੀਗਾ ਬੜਾ ਸੋਹਣਾ ਤੂੰ ਠੀਕ ਸੀ ਆਪਦੇ ਘਰੇ ਛੱਡ ਪਰਾਂ ਨਾ ਜਾਂਦਾ ਇੰਡੀਆ ਨੂੰ ਤੂੰ ਆਪਣੀ ਮੌਤ ਲੈ ਕੇ ਗਿਆ ਸੀ ਇੰਡੀਆ ਨੂੰ ਰਾਤੀ 12 ਵਜੇ ਮੈਨੂੰ ਫੋਨ ਆਇਆ ਇੱਥੇ ਆਸਟ੍ਰੇਲੀਆ ਦੇ ਜੋ ਪਤਾ ਲੱਗਾ ਕਿ ਸੰਦੀਪ ਦੇ ਗੋਲੀਆਂ ਮਾਰ ਗਏ ਪਰਮਾਤਮਾ ਅੱਗੇ ਹੱਥ ਜੋੜ ਕੇ ਖੜੀ ਹੋ ਗਈ ਮੈਂ ਕਿਹਾ ਵਾਹਿਗੁਰੂ ਉਹਨੂੰ ਖੁਸ਼ੀਆਂ ਹੋਣ ਮਿਲੀਆਂ ਉਹਦੀ ਜ਼ਿੰਦਗੀ ਦੇ ਵਿੱਚ ਉਸ ਇਨਸਾਨ ਨੂੰ ਹੁਣ ਖੁਸ਼ੀਆਂ ਮਿਲੀਆਂ ਉਹਦੀ ਜ਼ਿੰਦਗੀ ਦੇ ਵਿੱਚ ਉਹਦਾ ਪਰਿਵਾਰ 'ਚ ਬਹਿਣ ਦਾ ਟਾਈਮ ਆ ਉਹਦੇ ਬੱਚਿਆਂ 'ਚ ਉਹਦਾ ਉਹਨੂੰ ਬੱਚਿਆਂ ਨੂੰ ਖਿਲਾਉਣ ਦਾ ਟਾਈਮ ਆ ਆਪਦੇ ਪਰਿਵਾਰ 'ਚ ਬਹਿ ਕੇ ਆਨੰਦ ਮਾਨਣ ਦਾ ਟਾਈਮ ਆ ਉਹਦਾ ਕਿ ਕੀ ਸੋਚ ਕੇ ਜਾਨ ਲੈ ਲਈ ਉਹਦੀ ਵਿਚਾਰੇ ਦੀ ਕੋਈ ਤੁਹਾਨੂੰ ਕੋਈ ਗਿਲਾ ਸ਼ਿਕਵਾ ਸੀਗਾ ਕੁਛ ਸੀਗਾ ਉਹਦੇ ਨਾਲ ਉਹਦੀ ਲੱਤ ਬਾਂਹ ਤੋੜ ਦਿੰਦੇ ਤੋੜ ਕੇ ਉਹ ਵਿਚਾਰਾ ਘਰੇ ਬਹਿ ਜਾਂਦਾ ਨਾ ਖੇਡਦਾ ਇਸੇ ਚੀਜ਼ ਦੇ ਵਿੱਚ ਸੀਗਾ ਨਾ ਕਿ ਉਹ ਖੇਡ ਖੇਡ ਕੇ ਆਪਣੀ ਮਿਹਨਤ ਲਾ ਲਾ ਕੇ ਅੱਗੇ ਆ ਗਿਆ ਇਹੀ ਸੀਗਾ ਆਪਣੇ ਨਿਆਣੇ 'ਚ ਤਾਂ ਬੈਠਾ ਰਹਿੰਦਾ ਅਸੀਂ ਉਹ ਲੋਕ ਉਹਨੂੰ ਦੇਖਦੇ ਤਾਂ ਰਹਿੰਦੇ ਬਹੁਤ ਮਾੜਾ ਕੀਤਾ ਇੰਨਾ ਸੌਖਾ ਜਾਨ ਲੈ ਲੈਣੀ ਪੰਜਾਬ 'ਚ ਕਿਸੇ ਦੀ ਵਾਹਿਗੁਰੂ ਮਿਹਰ ਕਰੀ ਪਰਿਵਾਰ ਦੇਸ਼ ਦੁਨੀਆ ਦੀ ਹਰ ਖਬਰ ਨਾਲ ਅਪਡੇਟ ਰਹਿਣ ਲਈ ਸਾਡੇ ਜਗਬਾਣੀ ਟੀਵੀ ਦੇ ਇੰਸਟਾਗ੍ਰਾਮ ਅਕਾਊਂਟ ਨੂੰ ਫੋਲੋ ਕਰੋ ਔਰ ਦੋਸਤਾਂ ਤੇ ਮਿੱਤਰਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਧੰਨਵਾਦ